बिस्मिल्लाह रहमान रहीम, अस्सलाम वालेकुम। की हाल चाल ਤੁਹਾਡਾ ਸਾਰਿਆਂ ਦਾ? ਅੱਲਾਹ ਸ਼ੁਕਰ, ਮੈਂ ਵੀ ਠੀਕ ਹਾਂ। ਤੇ ਮੇਰੀ 2-3 ਦਿਨ ਬਾਅਦ ਵੀਡੀਓ ਆਉਣ ਲੱਗੀ ਕਿਉਂਕਿ ਕੁਝ ਮੌਸਮ ਦੀ ਖਰਾਬੀ ਸੀ ਤੇ ਕੁਝ ਬੱਚੀ ਦੀਆਂ ਕਲਾਸਾਂ ਹੁੰਦੀਆਂ ਸੀ ਆਨਲਾਈਨ, ਜਿਹਦੀ ਵਜ੍ਹਾ ਤੋਂ ਟਾਈਮ ਨਹੀਂ ਮਿਲਿਆ ਕਿਉਂਕਿ ਮੋਬਾਈਲ ਜਿਹੜੇ ਦੋਵੇਂ ਬਿਜ਼ੀ ਹੁੰਦੇ ਸੀ। ਇਹ ਨੈੱਟ ਜਿਹੜਾ ਚੱਲ ਜਾਂਦਾ ਸੀ, ਲਾਈਟ ਵੀ ਚੱਲ ਜਾਂਦੀ ਸੀ, ਨੈੱਟ ਵੀ ਚੱਲ ਜਾਂਦਾ ਸੀ, ਫਿਰ 2 ਮੋਬਾਈਲਾਂ 'ਤੇ ਕਰਕੇ ਅਤੇ ਬੱਚੀ ਜਿਹੜੀ ਕਲਾਸ ਲੈਂਦੀ ਸੀ। ਅਤੇ ਅੱਜ ਮੈਂ ਕਿਹਾ ਥੋੜ੍ਹੀ ਜਿਹੀ ਵੀਡੀਓ ਬਣਾ ਲਾ। ਅੱਜ ਮੌਸਮ ਬਹੁਤ ਪਿਆਰਾ ਹੈ, ਧੁੱਪ ਲੱਗੀ ਹੈ ਸੁਬਹ ਸੁਬਹ ਦਾ, ਤਕਰੀਬਨ 10 ਵੱਜ ਗਏ ਨੇ ਅਤੇ ਧੁੱਪ ਵੀ ਲੱਗ ਗਈ ਹੈ। 2-3 ਦਿਨ ਜਿਹੜਾ ਮੌਸਮ ਖਰਾਬ ਸੀ, ਧੋਗ ਵਗੈਰਾ ਪੈਂਦੀ ਸੀ ਅਤੇ ਉਹ ਥੋੜ੍ਹੀ ਜਿਹੀ ਬਾਰਿਸ਼ ਹੋਈ ਹੈ ਤਕਰੀਬਨ ਥੋੜ੍ਹੀ ਜਿਹੀ, ਅਤੇ ਉਹਦੀ ਵਜ੍ਹਾ ਨਾਲ ਮੌਸਮ ਸਾਫ਼ ਹੋ ਗਿਆ ਅਤੇ ਔਰ ਸਰਦੀ ਜਿਹੜੀ ਉਹ ਵੀ ਘੱਟ ਗਈ ਹੈ। ਅਤੇ ਮੈਂ ਕਿਹਾ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨਾ, ਤਾਂ ਮੈਂ ਚੱਲੀ ਸੀ ਛੱਤ 'ਤੇ ਧੁੱਪੇ ਬਹਿਣ ਲੱਗੀ ਸਾਂ, ਅਤੇ ਮੈਂ ਕਿਹਾ ਧੁੱਪੇ ਬਹਿ ਕੇ ਆਪਣਾ ਜਿਸ ਤਰ੍ਹਾਂ ਦਾ ਜਿਹੜਾ ਕੰਮ ਉਹ ਵੀ ਕਰ ਲਈ ਹਾਂ ਅਤੇ ਥੋੜ੍ਹੀ ਜਿਹੀ ਵੀਡੀਓ ਵੀ ਸ਼ੇਅਰ ਕਰ ਲਵਾਂ। ਅਤੇ ਇਹ ਆਹ ਜਿਹੜਾ ਸਾਡਾ ਕੂਲਰ ਹੈ ਨਾ, ਇਹ ਹੋ ਗਿਆ ਖਰਾਬ ਤਕਰੀਬਨ, ਹੈ ਨਾ, ਅਰਥ ਮਾਰਦਾ, ਕਰੰਟ ਮਾਰਦਾ। ਅਤੇ ਹੁਣ ਮੇਰਾ ਇਰਾਦਾ ਕਿ ਇਹਨੂੰ ਮੈਂ ਸੇਲ ਕਰਦਾ। ਪਿਛਲੀਆਂ ਗਰਮੀਆਂ ਅਸੀਂ ਕੋਈ ਵੀ ਨਹੀਂ ਚਲਾਇਆ, ਬਿੱਲ ਬਹੁਤ ਜ਼ਿਆਦਾ ਆਉਂਦਾ ਸੀ, ਜਿਹਦੇ ਡਰ ਦੀ ਵਜ੍ਹਾ ਤੋਂ ਅਸੀਂ ਕੂਲਰ ਨਹੀਂ ਲਾਇਆ, ਅਤੇ ਕੁਛ ਅਰਥ ਮਾਰਦਾ ਸੀ ਅਤੇ ਇਹਨੂੰ ਸੇਲ ਕਰਕੇ ਅਤੇ ਅਸੀਂ ਕੁਛ ਹੋਰ ਪੈਸੇ ਪਾ ਕੇ ਅਤੇ ਆਪਣੇ ਜਿਹੜਾ ਥੱਲੇ ਵਾਲਾ ਸੀਨ ਆ ਉਹਦੇ ਵਿੱਚ ਅਸੀਂ ਜਿਹੜੀ ਹੈ ਨਾ ਮਿੱਟੀ ਪਵਾਉਂਦੇ ਹਾਂ, ਮਿੱਟੀ ਪਵਾ ਕੇ ਅਤੇ ਮੇਰਾ ਇਰਾਦਾ ਕਿ ਉੱਥੇ ਪੌਦੇ ਵਗੈਰਾ ਲਾਵਾਂ ਕਿਉਂਕਿ ਜਿਹੜੀਆਂ ਮੁਰਗੀਆਂ ਸਾਰੀਆਂ ਖਤਮ ਕਰਦੀਆਂ, ਮੁਰਗੀਆਂ ਨੂੰ ਬਿਮਾਰੀ ਪੈ ਜਾਂਦੀ ਸੀ ਅਤੇ ਫਿਰ ਉਹ ਮਰ ਜਾਂਦੀਆਂ ਸੀ, ਇੱਕਦਮ ਹੀ ਸਾਰੀਆਂ ਮੁਰਗੀਆਂ ਜਿਹੜੀਆਂ ਮਰ ਜਾਂਦੀਆਂ ਸੀ। ਆਂਡੇ ਵਗੈਰਾ ਕੋਈ ਵੀ ਨਹੀਂ ਸੀ ਖਾਣ ਵਾਸਤੇ, ਸਾਨੂੰ ਮਿਲਦੇ ਅਤੇ ਅਸੀਂ ਦਾਣਾ ਪਾ ਪਾ ਕੇ ਅਤੇ ਮਿੱਠਾ ਚੁੱਕ ਚੁੱਕ ਕੇ ਉਹਨਾਂ ਦੀਆਂ, ਅਤੇ ਅਸੀਂ ਜਦੋਂ ਚੁੱਕਦੇ ਰਹਿੰਦੇ ਸਾਂ, ਥੱਕ ਜਾਂਦੇ ਸਾਂ, ਜਦੋਂ ਆਂਡੇ ਖਾਣ ਦਾ ਟਾਈਮ ਹੁੰਦਾ ਸੀ, ਇੱਕਦਮ ਬਿਮਾਰੀ ਪੈਂਦੀ ਸੀ ਅਤੇ ਮੁਰਗੀਆਂ ਮਰ ਜਾਂਦੀਆਂ ਸੀ। ਅਤੇ ਬੱਚੇ ਨੇ ਬਸ ਇੱਕ ਮੁਰਗਾ ਅਤੇ ਇੱਕ ਮੁਰਗੀ ਰੱਖੀ ਆ, ਜਿਹਦੇ ਸੀਲ ਉਹਨੇ ਬੱਚੇ ਕਢਵਾਏ ਨੇ 2-3, ਉਹ ਕਿਸੇ ਦੇ ਨੇ, ਅਤੇ ਇੱਕ ਅੱਧਾ ਉਹ ਆਪ ਰੱਖੇਗਾ, ਮਤਲਬ ਕਿ 5-6 ਨਿਕਲੇ ਸਨ ਜਿਹਦੇ ਵਿੱਚ ਉਹ ਮਰ ਗਿਆ, ਮਤਲਬ 3 ਕੁ ਬੱਚੇ ਨੇ, ਉਹਦੇ ਵਿੱਚੋਂ ਵੀ ਇੱਕ ਆਪ ਰੱਖੇਗਾ ਅਤੇ 2 ਕਿਸੇ ਦੀ ਜਿਹਦੀ ਮੁਰਗੀ ਆ ਲਿਆਂਦੀ ਆ ਉਹਨੂੰ ਦੇਵੇਗਾ। ਅਤੇ ਮੈਂ ਕਿਹਾ ਅੱਜ ਮੈਂ ਤੁਹਾਡੇ ਨਾਲ ਥੋੜ੍ਹੀ ਜਿਹੀ ਜਿਹੜੀ ਵੀਡੀਓ ਕਰ ਦੇਵਾਂ ਸ਼ੇਅਰ। ਅਤੇ ਕੱਲ੍ਹ ਮੈਂ ਜਿਸ ਤਰ੍ਹਾਂ ਦਾ ਪਰਸੋਂ ਵੀ ਕੰਮ ਕਰਨ ਲਈ ਸੀ, ਇੱਕ ਔਰਤ ਆ ਗਈ, ਉਹਨੇ ਆਪਣਾ ਬਿਜਲੀ ਦਾ ਬਿੱਲ ਜਿਹੜਾ ਉਹ ਜਮ੍ਹਾਂ ਕਰਵਾਇਆ ਸੀ, ਲੇਕਿਨ ਬਿਜਲੀ ਦਾ ਬਿੱਲ ਉਹਨੂੰ ਬਹੁਤ ਜ਼ਿਆਦਾ ਆਇਆ ਸੀ, 40-50 ਹਜ਼ਾਰ ਰੁਪਈਆ ਆਇਆ ਸੀ, ਉਹਨੇ ਜਮ੍ਹਾਂ ਕਰਵਾਇਆ ਕਿਸੇ ਕੋਲ ਹਜ਼ਾਰੇ ਫੜ ਕੇ, ਅਤੇ ਉਹ ਜਿਹੜੀ ਔਰਤ ਹੈ ਉਹਦੇ ਤੋਂ ਪੈਸੇ ਮੰਗਣ ਲਈ ਸੀ, ਅਤੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਲੱਗਣ ਦਿਆ। ਅਤੇ ਮਹਿੰਗਾਈ 'ਚ ਤੁਹਾਨੂੰ ਪਤਾ ਕਿੰਨੀ ਹੈ, ਜਿੰਨੇ ਜੀ ਕਮਾਉਣ ਵਾਲੇ ਉਨੇ ਖਾਣ ਵਾਲੇ, ਜਿੰਨੇ ਖਾਣ ਵਾਲੇ ਉਨੇ ਕਮਾਉਣ ਵਾਲੇ, ਹੁਣ ਤਾਂ ਫਿਰ ਵੀ ਨਹੀਂ ਮਹਿੰਗਾਈ ਇੰਨੀ ਇਸ ਕਦਰ ਵੱਧ ਗਈ ਹੈ ਕਿ ਲੋਕ ਬਹੁਤ ਪਰੇਸ਼ਾਨ ਹੈ। ਆਟਾ ਜਿਹੜਾ ਉਹ ਵੀ ਨਹੀਂ ਮਿਲਦਾ ਪਿਆ ਆਵਾਮ ਨੂੰ, ਉਹ ਵੀ ਆਵਾਮ ਜਿਹੜੀ ਹੈ ਲੈਣਾ 'ਚ ਲੱਗ ਲੱਗ ਕੇ ਆਟਾ ਲੈਣ ਦੇ ਹੀ ਆ, ਜਿਹੜੀ ਕਣਕ ਹੈ ਉਹ ਕਹਿੰਦੇ 5 ਹਜ਼ਾਰ ਨੂੰ ਮਾਣ ਹੋ ਗਈ ਹੈ, ਚਾਵਲਾਂ ਦਾ ਤੋੜਾ ਜਿਹੜਾ 14-15 ਹਜ਼ਾਰ ਦਾ ਹੋ ਗਿਆ। ਅਤੇ ਗਰੀਬ ਆਵਾਮ ਦੀ ਪਹੁੰਚ ਹਰ ਚੀਜ਼ ਹੀ ਬਹੁਤ ਦੂਰ ਆ, ਅਤੇ ਆਟਾ ਲੋਕ ਅਸੀਂ ਔਰਤਾਂ ਦੀ ਸੀ ਮੇਰੇ ਨਾਲ ਚੱਲ, ਅਤੇ ਇੱਕ ਕੋਈ ਅਦਾਰਾ ਹੈਗਾ ਉੱਥੋਂ ਕਰਜ਼ਾ ਪਹਿਲੀ ਦਫ਼ਾ ਹੀ ਮਿਲ ਜਾਂਦਾ 50 ਹਜ਼ਾਰ ਰੁਪਇਆ, ਅਤੇ ਉਹ ਕਹਿੰਦੀ ਸੀ ਕਿ ਮੈਂ ਜਿਹੜੇ ਔਰਤ ਦੇ ਪੈਸੇ ਦੇਣੇ ਆ, ਉਹ ਵਾਰ ਵਾਰ ਮੇਰੇ ਘਰ ਚੱਕਰ ਲਾਉਂਦੀ, ਉਹਨੇ ਕਿਹਾ ਮੈਂ ਤੇਰਾ ਵਕਤ ਕੱਢਿਆ ਅਤੇ ਹੁਣ 6-7 ਮਹੀਨੇ ਹੋ ਗਏ ਨੇ ਹੁਣ, ਕਿ ਮੇਰੇ ਪੈਸੇ ਜਿਹੜੇ ਵਾਪਸ ਕਰ ਦੇ। ਅਤੇ ਕਹਿੰਦੀ ਕਿ ਮੈਂ ਹੋਰ ਤਾਂ ਮੈਨੂੰ ਕੁਛ ਨਹੀਂ ਨਜ਼ਰ ਆਉਂਦੇ, ਅਤੇ ਚਲੋ ਮੈਂ ਕਰਜ਼ਾ ਭਰਾ ਕੇ ਉਹਦੇ ਜਿਹੜੇ ਪੈਸੇ ਜਿਹੜੇ ਵਾਪਸ ਕਰ ਦੇਣੀ ਆ। ਅਤੇ ਮੈਂ ਉਹਨੂੰ ਪਤਾ ਨਹੀਂ ਸੀ ਹੈਗਾ, ਅਤੇ ਕਹਿੰਦੀ ਸੀ ਮੇਰੇ ਨਾਲ ਚੱਲ, ਮੈਂ ਨਾਲ ਗਈ, ਮੈਂ ਆਪਣੇ ਜਿਸ ਤਰ੍ਹਾਂ ਦਾ ਕੰਮ ਉੱਥੇ ਛੱਡਦਾ, ਅਤੇ ਜਿਹੜੇ ਬੱਚੇ ਆ ਮੈਨੂੰ ਕਹਿੰਦੇ ਕਿ ਤੁਸੀਂ ਜਿੱਧਰ ਤੁਹਾਨੂੰ ਕੋਈ ਲਾਉਂਦਾ ਤੁਸੀਂ ਲੱਗ ਜਾਂਦੇ, ਤੁਹਾਨੂੰ ਇੱਕ ਦਫ਼ਾ ਉਹਨੇ ਕਿਹਾ ਤੁਸੀਂ ਉਹਦੇ ਨਾਲ ਭੱਜ ਉੱਠੇ ਹੋ। ਅਤੇ ਮੈਂ ਕਹਿੰਦੀ ਹਾਂ ਕਿ ਚਲੋ ਕਿਸੇ ਦਾ ਭਲਾ ਹੋਈਏ, ਜੇ ਭਲਾ ਅਗਰ ਕਿਸੇ ਦਾ ਅਸੀਂ ਕਰਨਾ ਤਾਂ ਉਹਦਾ ਅਜਰ ਜਿਹੜਾ ਅਸੀਂ ਅੱਲਾਹ ਕੋਲ ਲੈਣਾ, ਜੇ ਅਸੀਂ ਸਮਝੀਏ ਕਿ ਜਿਹਦਾ ਭਲਾ ਅਸੀਂ ਕਰਨ ਲਿਆ ਉਹੀ ਬੰਦਾ ਸਾਨੂੰ ਇਹਦੀ ਸਾਡਾ ਉਸ ਸੂਰਤ ਦੇ ਵਿੱਚ ਸਾਡੇ ਨਾਲ ਵੀ ਉਹ ਭਲਾ ਕਰੇ, ਅਤੇ ਇਹ ਜਿਹੜੀ ਗੱਲ ਹੈ ਇਸ ਦਾ ਉਹਦੇ ਵਿੱਚ ਬਿਲਕੁਲ ਗਲਤ ਹੈ। ਅਤੇ ਇਹ ਅੱਲਾਹ ਤਾਲਾ ਦੀ ਜਜ਼ਾ ਵਾਸਤੇ ਅਗਰ ਤੁਸੀਂ ਕਿਸੇ ਦੀ ਮਦਦ ਕਰਨੀ ਹੈ ਤਾਂ ਕਰੋ, ਅਤੇ ਉਹ ਨੇਕੀ ਕਰਕੇ ਦਰਿਆ ਦੇ ਵਿੱਚ ਸੁੱਟ ਦਿਓ। ਅਤੇ ਉਹਦਾ ਉਸੇ ਟਾਈਮ ਹੀ ਉਹ ਜਿਹੜੇ ਹੈਗੇ ਸੀ ਅਦਾਰੇ ਵਾਲੇ ਉਹ ਸਾਡੇ ਪਿੰਡ ਹੀ ਆਉਣ ਲੱਗੇ ਸਨ, ਕਿਉਂਕਿ 2 ਹੋਰ ਔਰਤਾਂ ਨੇ ਵਿਆਹ ਸੀ ਕਰਜ਼ਾ, ਅਤੇ ਉਹਨਾਂ ਕਿਸ਼ਤ ਲੈਣ ਆਉਣ ਲੱਗੇ ਸੀ। ਉਹਨਾਂ ਨੇ ਕਿਹਾ ਤੁਸੀਂ ਚਲੋ ਘਰ, ਅਤੇ ਅਸੀਂ ਆਉਂਦੇ ਤੁਹਾਡਾ ਘਰ ਘੁਰ ਵਿਹਨੇ ਹਾਂ। ਅਤੇ ਉਹ ਉਸੇ ਟਾਈਮ ਹੀ ਆ ਗਏ, ਅਸੀਂ ਸਗੋਂ ਬਾਜ਼ਾਰ 1-2 ਚੀਜ਼ਾਂ ਲੈਣੀਆਂ, ਸਗੋਂ ਅਸੀਂ ਲੇਟ ਹੋ ਗਏ, ਅਤੇ ਉਹ ਸਾਡੇ ਆਉਂਦਿਆਂ ਨੂੰ ਉਹਨਾਂ ਦੇ ਦਰਵਾਜ਼ੇ ਅੱਗੇ ਖੜਾ ਸੀ। ਅਤੇ ਜਿਹੜੀਆਂ ਔਰਤਾਂ ਉਹ ਕਿਸ਼ਤ ਲੈਣ ਆਉਣ ਲੱਗੇ ਸੀ, ਉਹਨਾਂ ਔਰਤਾਂ ਨੂੰ ਪਤਾ ਸੀ ਦੋਨੋਂ, ਅਤੇ ਉਹ ਔਰਤ ਵਾਰ ਵਾਰ ਉਹਨਾਂ ਘਰ ਜਾਂਦੀ ਸੀ, ਕਹਿੰਦੀ ਸੀ ਕਿ ਮੈਂ ਕਰਜ਼ਾ ਲੈਣਾ। ਅਤੇ ਲੇਕਿਨ ਇਹ ਕੁਛ ਅਦਾਰੇ ਉਹਨਾਂ ਵਿੱਚ 4 ਦਾ ਗਰੁੱਪ ਬਣੇ, ਜਾਂ 5 ਦਾ ਗਰੁੱਪ ਬਣੇ, ਜਾਂ 3 ਦਾ ਗਰੁੱਪ ਬਣੇ, ਅਤੇ ਫਿਰ ਦਿੰਦੇ ਨੇ ਕਰਜ਼ਾ। ਅਤੇ ਉਹਨੇ ਬੜੀ ਕੋਸ਼ਿਸ਼ ਕੀਤੀ, ਉੱਧਰੋਂ ਉਹਨੂੰ ਨਹੀਂ ਮਿਲਿਆ, ਅਤੇ ਲੇਕਿਨ ਉਸ ਔਰਤ ਨੇ ਉਹਨੂੰ ਨਹੀਂ ਦੱਸਿਆ ਕਿ ਇਸ ਤਰ੍ਹਾਂ ਇੱਕ ਬੰਦੇ ਨੂੰ ਮਿਲ ਜਾਂਦਾ। ਅਤੇ ਉਹ ਰਕਸ਼ੇ ਦੇ ਵਿੱਚ ਬਹਿ ਕੇ ਜਦੋਂ ਅਸੀਂ ਵਾਪਸ ਆਉਂਦੇ, ਅਤੇ ਮੇਰੇ ਨਾਲ ਗਿਲਾ ਕਰਦੀ ਪਈ ਸੀ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਵੇਖੋ ਕਿੱਡੀਆਂ ਬੇਈਮਾਨੀਆਂ ਨੇ, ਲੋਕ ਖੁਦੀਆਂ ਰੱਖਦੇ ਨੇ, ਅਤੇ ਉਹਨੂੰ ਪਤਾ ਸੀ ਕਿ ਇੱਕ ਬੰਦੇ ਨੂੰ ਵੀ ਕਰਜ਼ਾ ਮਿਲ ਜਾਂਦਾ, ਅਤੇ ਮੈਂ ਇੰਨੇ ਤਰਲੇ ਲੈਣ ਲਈ ਸਾਂ ਕਿ ਮੇਰਾ ਜਿਹੜਾ ਹੈਗਾ ਅਤੇ ਕਰਜ਼ਾ ਮੇਰਾ ਸਿਰ ਤੋਂ ਉੱਤਰ ਦੇ, ਅਤੇ ਉਹਨੇ ਮੈਨੂੰ ਇਹ ਨਹੀਂ ਦੱਸਿਆ ਕਿ ਇੱਕ ਬੰਦੇ ਨੂੰ ਵੀ ਮਿਲ ਜਾਂਦਾ। ਅਤੇ ਇਹ ਤਾਂ ਮੈਨੂੰ ਤੂੰ ਦੱਸਿਆ, ਅਤੇ ਉਹ ਫਿਰ ਉਸ ਤੋਂ ਬਾਅਦ
ਕਿ ਮੈਂ ਬੱਚੇ ਮੇਰੇ ਕਹਿੰਦੇ ਕਿ ਵੇਖ ਲਓ ਲੋਕ ਇਸ ਤਰ੍ਹਾਂ ਕਰਦੇ ਨੇ ਜਿੰਨਾ ਮਰਜ਼ੀ ਉੱਤੋਂ ਮਿੱਠਾ ਹੁੰਦੇ ਨੇ ਅਤੇ ਵਿੱਚੋਂ ਲੋਕ ਜਿਹੜੇ ਕੋੜੇ ਹੁੰਦੇ ਨੇ ਤਾਂ ਤੁਸੀਂ ਮੂੰਹ ਦੇ ਬੜੇ ਬੋਲੇ ਜੇ ਅਤੇ ਕੋਈ ਗੱਲ ਹੋਵੇ ਤਾਂ ਜਲਦੀ ਜਲਦੀ ਬੋਲ ਜਾਂਦੇ ਅਤੇ ਇਸੇ ਗੱਲ ਤੋਂ ਤੁਸੀਂ ਮਤਲਬ ਕਿ ਬੁਰੇ ਬਣ ਜਾਂਦੇ ਅਤੇ ਲੋਕ ਦਿਲ ਵਿੱਚ ਗੱਲ ਰੱਖਦੇ ਨੇ ਅਤੇ ਆਪਣਾ ਜਿਹੜਾ ਮਤਲਬ ਕੱਢੀ ਜਾਂਦੇ ਅਤੇ ਤੁਸੀਂ ਤੁਹਾਨੂੰ ਜ਼ਰਾ ਵੀ ਕੋਈ ਕਹੇ ਤੁਸੀਂ ਉਸੇ ਟਾਈਮ ਜਿਹੜਾ ਨਾਲ ਤੋਰ ਪੈਂਦੇ ਨੇ ਅਤੇ ਮੈਂ ਕਿਹਾ ਚਲੋ ਕੋਈ ਨਹੀਂ ਕਿਸੇ ਦਾ ਭਲਾ ਹੋਈ ਅਤੇ ਉਹ ਫਿਰ ਉਹਦਾ ਸਾਰਾ ਘਰ ਵਗੈਰਾ ਲਿਖ ਕੇ ਚਲੇ ਗਏ ਸਨ, ਲੈ ਗਏ ਸਨ ਘਰ ਘੁਰ ਲਿਖ ਕੇ। ਅਤੇ ਬਾਅਦ 'ਚ ਫਿਰ ਉਹ ਦੁਬਾਰਾ ਇੱਕ ਕਹਿਣ ਲਈ ਸੀ ਕਿ ਉਹ ਕਹਿੰਦੇ ਕਿ ਦੋ ਬੰਦਿਆਂ ਦੀ ਗਵਾਹੀ ਚਾਹੀਦੀ ਅਤੇ ਤੁਸੀਂ ਆਪਣੇ ਬੇਟੇ ਨਾਲ ਭੇਜ ਦੇਣਾ। ਬੇਟੇ ਨੇ ਕਿਹਾ ਅਤੇ ਉਹਨਾਂ ਕਿਹਾ ਕਿ ਬੇਟਾ ਮੇਰਾ ਜਿਹੜਾ ਬੱਚੇ ਜਿਹੜੇ ਇਸ ਕੰਮ ਵਿੱਚ ਨਹੀਂ ਆਉਂਦੇ ਉਹ ਕਹਿੰਦੇ ਤੁਸੀਂ ਆਪਣੇ ਕੰਮ ਜਿਹੜੇ ਆਪਣੇ ਕੋਲ ਹੀ ਰੱਖੋ, ਆਪਣੀਆਂ ਸਹੇਲੀਆਂ ਖੁਦ ਭਗਤਾਵੋ, ਸਾਨੂੰ ਇਹਨਾਂ ਕੰਮਾਂ ਦੇ ਵਿੱਚ ਨਾ ਲਿਆਓ, ਅਸੀਂ ਨਹੀਂ ਆਉਣਾ। ਅਤੇ ਉਂਝ ਮੈਂ ਤਾਂ ਕਿਹਾ ਸੀ ਠੀਕ, ਮੈਂ ਕਿਹਾ ਕੋਈ ਗੱਲ ਨਹੀਂ, ਕਿਸ਼ਤ ਤਾਂ ਉਹਨੇ ਦੇਣੀ ਹੈ ਤਾਂ ਚਲੋ ਤੂੰ ਦੇ ਚਲਾ ਜਾਵੀਂ। ਬੱਚੇ ਆਪਣੇ ਨੇ ਕਿਹਾ ਲੇਕਿਨ ਉਹ ਔਰਤ ਉਸ ਤੋਂ ਬਾਅਦ ਨਹੀਂ ਹੋ ਸਕਦਾ, ਉਹਦਾ ਕੰਮ ਹੋ ਗਿਆ ਅਤੇ ਮੇਰੇ ਮੱਥੇ ਵੀ ਨਹੀਂ ਲੱਗੀ। 3-4 ਦਿਨ ਹੋ ਗਏ ਨੇ ਉਹਨੇ ਆਣ ਕੇ ਦੱਸਿਆ ਤੱਕ ਵੀ ਨਹੀਂ ਮੈਨੂੰ ਕਿ ਮੇਰਾ ਕੰਮ ਹੋ ਗਿਆ ਅਤੇ ਜਾਂ ਮੈਂ ਚਲ ਗਈ ਸਾਂ, ਸੈਨਿਕ ਹੋ ਗਏ ਨੇ ਮੇਰੇ ਅਤੇ ਮੈਨੂੰ ਕਰਜ਼ਾ ਮਿਲ ਜਾਵੇ ਜਾਂ ਨਹੀਂ ਮਿਲ ਜਾਵੇਗਾ। ਚਲੋ ਕੋਈ ਗੱਲ ਨਹੀਂ, ਮੈਂ ਕਿਹੜਾ ਨਾਮ ਲੈਣਾ ਹੈ, ਅਗਰ ਉਹਨੇ ਨਹੀਂ ਦੱਸਿਆ ਤਾਂ ਕਿਤੇ ਮੁਲਾਕਾਤ ਹੋਵੇਗੀ ਤਾਂ ਫਿਰ ਪਤਾ ਲੱਗ ਜਾਵੇਗਾ ਕੀ ਹੋਇਆ ਅਤੇ ਕੀ ਨਹੀਂ। ਅਤੇ ਹੁਣ ਮੈਂ ਅੱਜ ਜੁੰਮੇਰਾਤ ਤਾਂ ਮੈਂ ਅੱਜ ਮੈਂ ਕਿਹਾ ਸੀ ਧੁੱਪ ਬੜੀ ਸੋਹਣੀ ਨਿਕਲੀ ਅਤੇ ਮੈਂ ਨਾਲ ਹਾਂ, ਲੇਕਿਨ ਨਹੀਂ, ਮੈਂ ਸੋਚਿਆ ਕੱਲ੍ਹ ਜੁੰਮਾ, ਕੱਲ੍ਹ ਜੁੰਮੇ ਵਾਲੇ ਦਿਨ ਨਹਾਵਾਂਗੇ। ਜੁੰਮੇ ਵਾਲੇ ਦਿਨ ਨਹਾਉਣ ਦਾ ਜਿਹੜਾ ਸਵਾਦ ਹੀ ਹੁੰਦਾ ਅਤੇ ਸੁੰਨਤ ਵੀ ਜੁੰਮੇ ਵਾਲੇ ਦਿਨ ਨਹਾਉਣਾ, ਕੱਲ੍ਹ ਨਹਾਵਾਂਗੇ ਜੀ ਅਗਰ ਇਸੇ ਤਰ੍ਹਾਂ ਧੁੱਪ ਨਿਕਲੀ। ਅਗਰ ਨਾ ਵੀ ਧੁੱਪ ਨਿਕਲੀ ਕੱਲ੍ਹ ਤਾਂ ਫਿਰ ਵੀ ਕੱਲ੍ਹ ਜੁੰਮਾ ਅਤੇ ਕੱਲ੍ਹ ਨਹਾਵਾਂਗੇ। ਅਤੇ ਹੁਣ ਮੈਂ ਚੱਲੀ ਛਾਤਿਆ ਪੰਜ ਸਿਸਟਰਾਂ ਦਾ ਲੱਗੀ ਕੰਮ ਕਰਨ। ਮੈਂ ਕਿਹਾ ਤੁਹਾਡੇ ਨਾਲ ਕਿੰਨੇ ਦਿਨ ਹੋ ਗਏ ਨੇ ਵੀਡੀਓ ਨਹੀਂ ਸ਼ੇਅਰ ਕੀਤੀ, ਇਸ ਤਰ੍ਹਾਂ ਜਿਹੜਾ ਟਾਈਮ ਜਿਹੜਾ ਮੇਰਾ ਉਹ ਵੀ ਡਿੱਗ ਪੈਂਦਾ ਅਤੇ ਫਿਰ ਅਖੇ ਐਪ ਵੀ ਆ ਜਾਂਦਾ ਵਿੱਚ ਅਤੇ ਐਸ ਮੇਰੀ ਆ ਗਈ ਵੀਡੀਓ ਤੁਹਾਡੇ ਨਾਲ ਮੈਂ ਕਰਤੀ ਸ਼ੇਅਰ। ਕੱਲ੍ਹ ਇੱਕ ਨਵੀਂ ਵੀਡੀਓ ਨਾਲ ਕੋਸ਼ਿਸ਼ ਕਰਾਂਗੀ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂ ਅਤੇ ਇਹਦੇ ਨਾਲ ਮੈਨੂੰ ਦਵਾ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਣਾ ਅਤੇ ਮੈਨੂੰ ਵੀ ਦੁਆਵਾਂ 'ਚ ਯਾਦ ਰੱਖਣਾ ਅਤੇ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਮੇਰੀ ਵੀਡੀਓ ਨੂੰ ਕਰੋ ਲਾਈਕ ਅਤੇ ਭੈਣ ਭਰਾਵਾਂ ਨਾਲ ਸ਼ੇਅਰ ਕਰੋ ਅਤੇ ਨਾਲ ਜਿਹੜਾ ਘੰਟੇ ਦਾ ਬਟਨ ਉਹਨੂੰ ਵੀ ਦਬਾ ਦਿਓ ਤਾਂ ਕਿ ਮੇਰੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਇਹਦੇ ਨਾਲ ਮੈਨੂੰ ਦਵਾ ਇਜਾਜ਼ਤ, ਅੱਲਾ ਹਾਫਿਜ਼।